ਬ੍ਰੇਕ ਤੋਂ ਬਾਅਦ ਤੁਹਾਡਾ ਮੁੜ ਸਵਾਗਤ ਹੈ ਜੀ ਪ੍ਰੋਗਰਾਮ ਚਲੰਤ ਮਸਲੇ 'ਚ। ਇਕਬਾਲ ਸਿੰਘ ਜੀ, ਡਾਕਟਰ ਸਾਹਿਬ ਜਿਹੜੇ ਗੱਲਾਂ ਕਰ ਰਹੇ ਸੀ, ਤੁਸੀਂ ਕੀ ਸਮਝਦੇ ਹੋ? ਤੁਹਾਡੇ ਸਰਕਾਰ ਸਮੇਂ-ਸਮੇਂ ਤੇ ਗੱਲਾਂ ਕਰਦੀ ਆ ਰਹੀ ਸੀ, ਪਰ ਹੁਣ ਤਾਂ ਕਾਂਗਰਸ ਦੇ ਅੰਦਰੋਂ ਇਹ ਆਵਾਜ਼ਾਂ ਉੱਠ ਰਹੀਆਂ ਹੈ ਕਿ IAS ਲੌਬੀ ਮੁੱਖ ਮੰਤਰੀ ਦਾ ਕਹਿਣਾ ਨਹੀਂ ਮੰਨ ਰਹੀ, ਜਾਂ ਉਹ ਕਹਿੰਦੇ ਜੀ ਸਿਰਫ ਮੁੱਖ ਮੰਤਰੀ ਦਾ ਕਹਿਣਾ ਮੰਨਦੀ, ਹੋਰ ਦਾ ਕਹਿਣਾ ਨਹੀਂ ਮੰਨਦੀ ਜਿਹੜੀ ਲੌਬੀ ਹੈ। ਤੁਹਾਨੂੰ ਲੱਗਦਾ ਵੀ ਇਹ ਵੀ ਇੱਕ ਸੱਚਾਈ ਹੋ ਸਕਦੀ ਹੈ ਪੰਜਾਬ ਦੇ ਇਸ ਵੇਲੇ ਜਿਹੜੇ ਅਰਥਚਾਰੇ ਦੀ ਨਿਗਾਰ ਦੀ? ਨਹੀਂ ਬਿਲਕੁਲ, ਹੁਣ ਤਾਂ ਇਹਨਾਂ ਦੇ MLA ਕਹਿ ਰਹੇ ਵੀ ਇਹਨਾਂ ਦੀ ਅਫਸਰਸ਼ਾਹੀ ਕੰਮ ਕਰ ਰਹੀ ਹੈ, ਉਹਦੇ ਤਾਂ ਦੋ ਰਾਏ ਹੈ ਹੀ ਨਹੀਂ। ਦੇਖੋ, ਲੋਕਾਂ ਨੇ ਚੁਣ ਕੇ ਕਾਹ ਤੋਂ ਆਪਣੇ ਨੁਮਾਇੰਦੇ ਭੇਜਦੇ ਆ ਵੀ ਇਹ ਅਫਸਰਸ਼ਾਹੀ 'ਤੇ ਤੁਸੀਂ ਜਾ ਕੇ ਉੱਥੇ ਨੱਥ ਪਾਉਣੀ ਹੈ। ਜਦੋਂ ਤੁਸੀਂ ਇੰਨਾ ਕਮਜ਼ੋਰ ਉਹਨਾਂ ਦੇ ਸਾਹਮਣੇ ਬਣ ਜਾਓਗੇ, ਹੁਣ ਪਤਾ ਨਹੀਂ ਇਹਨਾਂ ਦੀ ਵਿਚਲੀਆਂ ਗੱਲਾਂ ਕੀ ਆ, ਵੀ ਉਹਨਾਂ ਦੇ ਨਾਲ ਮਿਲੀ ਭੁਗਤ ਕਰਕੇ ਹੋ ਰਿਹਾ, ਜਾਂ ਇਹਨਾਂ ਦੇ ਕੋਈ ਆਪਣੇ ਇਹੋ ਜਿਹੇ ਕੰਮ ਕੀਤੇ ਹੋਏ ਵੀ ਉਹਨਾਂ ਨੂੰ ਇਹਨਾਂ ਦੇ ਫਾਈਲਾਂ ਦਾ ਪਤਾ, ਕਿਤੇ ਨਾ ਕਿਤੇ ਕੁਛ ਗੜਬੜਤਾ ਹੈਗੀ। ਇਸ ਕਰਕੇ ਤਾਂ ਉਹ ਭਾਰੂ ਹੋ ਜਾਂਦੇ। ਕਿਸੇ ਇਮਾਨਦਾਰ ਬੰਦੇ ਨੂੰ ਦੱਬ ਕੇ ਦਿਖਾਵੇ ਅਫਸਰ ਸ਼ਾਹੀ ਨਹੀਂ ਦੱਬ ਸਕਦੀ। ਹੁਣ ਪਿਆਰੇ ਲਾਲ ਜੀ ਹੈ, ਬੋਲਦੇ ਆ ਗੜਕੇ ਨਾਲ ਬੋਲਦੇ ਆ, ਕੋਈ ਉਂਗਲੀ ਕਰਕੇ ਦਿਖਾਵੇ ਇਹਨਾਂ ਵੱਲ। ਇਸ ਕਰਕੇ ਇਹ ਚੀਜ਼ਾਂ ਹੋ ਜਾਂਦੀਆਂ। ਜਦ ਤੁਸੀਂ ਆਪ ਇਮਾਨਦਾਰ ਹੋਵੋਗੇ ਨਾ, ਤੁਹਾਡੇ ਵੱਲ ਅਫਸਰ ਜਿੱਡਾ ਮਰਜ਼ੀ ਹੋਵੇ ਕੋਈ ਨਹੀਂ ਝਾਕ ਸਕਦਾ। ਹੁਣ ਇਹ ਪ੍ਰੋਬਲਮ ਕਿੱਥੇ ਆਉਂਦੀ? ਉੱਥੇ ਸਾਰੀ ਇਹ ਚੀਜ਼ ਜਾਂਦੀ ਹੈ, ਲੋਕਾਂ ਨੂੰ ਅਫੈਕਟ ਕਰਦੀ ਹੈਗੀ। ਹੁਣ ਜਿਵੇਂ ਚੀਫ ਸੈਕਟਰੀ ਦੀ ਗੱਲ ਆਉਂਦੀ ਹੈਗੀ, ਜੇ ਤੁਹਾਡੇ ਟਾਰਗੇਟ ਅਚੀਵ ਨਹੀਂ ਕਰਦਾ, ਬਦਲੋ ਉਹਨੂੰ। ਤੁਸੀਂ 6 ਮਹੀਨੇ ਦੋ, ਸਾਲ ਦੋ, ਤੁਸੀਂ ਉਹ ਤਾਂ ਕਾਂਗਰਸੀ ਵਿਧਾਇਕ ਸਾਰੇ ਚਾਹੁੰਦੇ ਬਦਲੇ, ਮੁੱਖ ਮੰਤਰੀ ਨਹੀਂ ਬਦਲ ਰਹੇ। ਕਿਉਂ? ਉਹੀ ਤਾਂ ਗੱਲ ਹੈ ਨਾ ਵੀ ਜੋ ਤੁਸੀਂ ਸਟੇਟ ਨੂੰ ਦਿਵਾਲੀਆ ਕਰ ਦੋਗੇ, ਇੱਕ ਬੰਦੇ ਨੂੰ ਤੁਸੀਂ ਬਦਲ ਨਹੀਂ ਰਹੇ। ਤੁਸੀਂ ਇੱਕ ਇਮਾਨਦਾਰ ਉੱਪਰ ਅਫਸਰ ਲੱਗ ਗਿਆ, ਉਹਦੇ ਥੱਲੇ ਉਹਨੇ DCP ਇਮਾਨਦਾਰ ਲਾ ਲੈਣਾ, SSP ਇਮਾਨਦਾਰ ਲੱਗ ਜਾਣਾ, ਥੋੜ੍ਹਾ ਸਿਸਟਮ ਫੰਕਸ਼ਨ ਕਰਨ ਲੱਗ ਜੂਗਾ, ਥੋੜ੍ਹੀ ਕਲੈਕਸ਼ਨ ਸਹੀ ਆਉਣ ਲੱਗ ਜੂਗੀ। ਪਰ ਨਹੀਂ, ਤੁਸੀਂ ਇੱਕ ਪਤਾ ਨਹੀਂ ਤੁਹਾਡੀ ਕੀ ਮਤਲਬ ਇਹ ਮਜਬੂਰੀ ਬਣ ਜਾਂਦੀ ਹੈ, ਮੈਨੂੰ ਤਾਂ ਸਮਝ ਨਹੀਂ ਲੱਗਦੀ ਵੀ ਤੁਸੀਂ ਜੇ ਤੁਹਾਡੀ ਪਾਰਟੀ ਨੇ ਕਿਸੇ ਬੰਦੇ ਦਾ ਨਾਂ ਦੇਣਾ ਹੋਵੇ ਸੁਰੇਸ਼ ਕੁਮਾਰ ਦੀ ਥਾਂ 'ਤੇ, ਤੁਹਾਡੇ ਕੋਲ ਕਿਹੜਾ ਬੰਦਾ ਹੈ IAS ਹੈਗਾ ਦੱਸੋ ਸਰਕਾਰ ਦੇ ਵਿੱਚ? ਦੇਖੋ, ਨਾਂ ਤਾਂ ਜਦੋਂ ਤੁਸੀਂ ਤਿਆਰ ਹੋਵੋਗੇ ਨਾਂ ਬਹੁਤ ਹੈਗੇ, ਇੱਕ ਨਾਂ ਨਹੀਂ ਹੈਗਾ, ਬਹੁਤ ਨਾਂ ਹੈ ਅਫਸਰ ਸਾਹਿਬ ਦੇ, ਇਹੋ ਜਿਹੀ ਗੱਲ ਨਹੀਂ। ਇਮਾਨਦਾਰ ਇਹ ਨਹੀਂ ਹੈ ਵੀ ਸਾਰੇ ਕਰਪਟ ਹੈਗੇ, ਬਹੁਤ ਨਾਂ ਹੈ। ਹੁਣ ਕਿਹਦਾ ਕਿਹਦਾ ਲੈ ਦਈਏ? ਗੱਲ ਤਾਂ ਹੈ ਵੀ ਜਿਹੜਾ ਰਿਜ਼ਲਟ ਨਹੀਂ ਦੇ ਪਾਉਂਦਾ, ਪੁੱਛੋ ਸਾਰਿਆਂ ਨੂੰ ਬੁਲਾ ਕੇ ਮੀਟਿੰਗ 'ਚ, ਦੱਸੋ ਕਿਹੜਾ ਰਿਜ਼ਲਟ ਦਊਗਾ ਵੀ, ਉਹਨੂੰ ਡਿਊਟੀ ਦਿਓ ਵੀ ਸਾਨੂੰ NH ਥੋੜ੍ਹਾ ਰਿਜ਼ਲਟ ਸਾਨੂੰ ਗਰਾਊਂਡ 'ਤੇ ਚਾਹੀਦਾ। ਇਸ ਕਰਕੇ ਜਦੋਂ ਤੁਹਾਡਾ ਰਿਜ਼ਲਟ ਨਹੀਂ ਆ ਰਿਹਾ ਤਾਂ ਅਫਸਰ ਸਾਹੀ ਨਾਲ ਰਿਸ਼ਤੇਦਾਰੀ ਨਹੀਂ ਪਕਾਈ ਦੀ ਹੁੰਦੀ ਆ, ਉਹਦੇ ਭਾਈਬੰਦੀ ਨਹੀਂ ਚਾਹੀਦੀ, ਕਿਉਂਕਿ ਇਹਦਾ ਇਫੈਕਟ ਸਟੇਟ 'ਤੇ ਪੈਂਦਾ, ਸਟੇਟ ਦੇ ਲੋਕ ਮਰਦੇ ਆ, ਆਤਮ ਹੱਤਿਆ ਹੁੰਦੀਆਂ। ਜਦੋਂ ਤੁਹਾਡੇ ਕੋਲ ਫੰਡੇ ਨਹੀਂ ਹੈ, ਤੁਸੀਂ ਕਿਹਨੂੰ ਕਿਆ ਕੁਛ ਦੇ ਦੂੰਗੇ? ਵਾਅਦੇ ਤੁਸੀਂ ਅੱਡੇ ਅੱਡੇ ਕਰ ਲਏ, ਪਤਾ ਤੁਹਾਨੂੰ ਸਾਰਾ ਸੀਗਾ, ਪਰ ਤੁਸੀਂ ਅੱਜ ਕੀ ਹਾਲਤ ਹੈ? 3 ਸਾਲ ਕਹਿੰਦਾ ਸੀ 3 ਸਾਲ 'ਤੇ ਪੰਜਾਬ ਆਪਣੇ ਪੈਰਾਂ ਸਿਰ ਹੋ ਜੂਗਾ, ਵਿੱਤ ਮੰਤਰੀ ਕਹਿੰਦਾ ਸੀ, ਅੱਜ ਕੀ ਹਾਲਤ? ਅੱਜ ਕਹਿੰਦਾ ਵੀ ਦਿਵਾਲੀਆ ਹੋ ਰਿਹਾ। ਮਤਲਬ ਇਹ ਗੱਲਾਂ ਤੁਸੀਂ ਫਿਰ ਜਾਂ ਤਾਂ ਸਰਕਾਰ ਛੱਡ ਦਿਓ ਵੀ ਨਹੀਂ ਸਾਤੋਂ ਚੱਲਦੀ ਹੈਗੀ, ਕੋਈ ਮਜਬੂਰੀ ਤਾਂ ਨਹੀਂ ਹੈ ਵੀ ਤੁਹਾਨੂੰ ਉੱਥੇ ਬੈਠਣਾ ਹੀ ਬੈਠਣਾ ਹੈਗਾ। ਇਸ ਕਰਕੇ ਤੁਸੀਂ ਇਹ ਸਟੇਟ ਦੇ ਉੱਪਰ ਭਾਰ ਕਿਉਂ ਵਧਾਈ ਜਾਂਦੇ ਹੈਗੇ? 2 ਲੱਖ ਕਰੋੜ ਦਾ ਕਰਜ਼ਾ ਤੁਹਾਨੂੰ ਮਿਲਿਆ ਸੀ, ਤੁਸੀਂ 2.30 ਦੇ ਪਹੁੰਚਾਤਿਆ, ਮਤਲਬ ਇਹਦਾ ਤੁਸੀਂ ਕਿਉਂ ਹੋਰ ਠੀਕ ਹੈ? ਬਿੱਟਾ ਸਾਹਿਬ, ਜਿਹੜੇ ਤੁਸੀਂ ਗੱਲ ਕਰ ਰਹੇ ਹੋ ਵੀ ਸਰਕਾਰ ਨੂੰ ਖਰਚੇ ਘਟਾਉਣੇ ਪੈਣਗੇ, ਜੇ ਆਪਾਂ ਗੱਲ ਕਰੀਏ ਇਹਦੇ 'ਚ, ਹੁਣ ਇੱਕ ਨਵੀਂ ਤੁਹਾਡੇ ਜਿਹੜਾ ਬਿਆਨ ਆਇਆ ਸਰਕਾਰ ਦੇ ਕਿ 1,60,000 ਜਿਹੜੇ ਮੋਬਾਈਲ ਵੰਡੇ ਜਾਣੇ ਆ ਨੌਜਵਾਨਾਂ ਨੂੰ, ਇੱਕ ਤਰ੍ਹਾਂ ਦਾ ਇੱਕ ਲੁਭਾਵਣਾ ਜਿਹੜਾ ਵਾਅਦਾ ਕੀਤਾ ਸੀ ਉਹ ਕਹਿੰਦੇ ਸੀ ਪੂਰਾ ਕਰਨਾ ਹੈ ਜੀ। ਹਾਲਾਤ ਮਾੜੇ ਸਟੇਟ ਦੇ ਪਤਾ ਹੀ ਹੈ। ਦੂਜੇ ਪਾਸੇ ਜਿਹੜੀਆਂ ਸੈਂਟਰਲ ਜੇਲ੍ਹਾਂ ਹੈਗੀਆਂ ਉਹਨਾਂ ਦੇ ਵਿੱਚ CRPF ਦੀ ਤੈਨਾਤੀ ਹੈਗੀ ਹੈ, ਉਹ ਖਰਚਾ ਵੀ ਸਟੇਟ ਨੂੰ ਪੈਣਾ। ਤੀਜਾ ਜਿਹੜਾ ਹਾਲੀਆ ਵਿੱਚ ਜਿਹੜੇ ਉਹਨਾਂ ਨੇ ਇੱਕ ਜਿਹੜੇ ਨਾਰਾਜ਼ ਸੀਗੇ ਤੁਹਾਡੇ MLA ਜਿਨ੍ਹਾਂ ਤੋਂ ਖਤਰਾ ਸੀ ਇਹਨਾਂ ਨੂੰ, ਉਹਨਾਂ ਨੂੰ ਚੱਕ ਕੇ ਉਹਨਾਂ ਨੇ ਕੈਬਨਿਟ ਰੈਂਕ ਦੇ ਕੇ ਅਤੇ ਇੱਕ ਹੋਰ ਬੋਝ ਸਟੇਟ 'ਤੇ ਪਾ ਦਿੱਤਾ ਆ। ਜੇ ਇੰਨੇ ਹਾਲਾਤ ਖਰਾਬ ਆ, ਵਿੱਤ ਮੰਤਰੀ ਪਰੇਸ਼ਾਨ ਆ, ਤੁਹਾਡੇ ਵਿਧਾਇਕ ਪਰੇਸ਼ਾਨ ਆ ਕਿ ਸਾਨੂੰ ਅਗਲੀਆਂ ਚੋਣਾਂ ਅਸੀਂ ਕਿਹੜੇ ਮੂੰਹ ਨਾਲ ਲੜਾਂਗੇ, ਅਤੇ ਇਹਦੇ ਬਾਵਜੂਦ ਮੁੱਖ ਮੰਤਰੀ ਜਿਹੜੇ ਇਸ ਤਰ੍ਹਾਂ ਦੇ ਫੈਸਲੇ ਲੈ ਰਹੇ ਆ, ਉਹਨਾਂ ਨੂੰ ਰੋਕਣ ਵਾਲਾ ਕੋਈ ਹੈ ਨਹੀਂ? ਨਹੀਂ, ਦੇਖੋ, ਜਿਹੜੀਆਂ ਤੁਸੀਂ 3 ਗੱਲਾਂ ਦਾ ਜ਼ਿਕਰ ਕੀਤਾ ਔਰ 3 ਗੱਲਾਂ ਦੇ ਉੱਤੇ ਮੈਂ ਸਪਸ਼ਟੀਕਰਨ ਦੇ ਰਿਹਾ ਕਿ ਕਿਸੇ ਜਿਹੜੇ ਤੁਸੀਂ 4 ਵਿਧਾਇਕ ਐਡਵਾਈਜ਼ਰ ਲਗਾਏ ਗਏ ਨੇ ਔਰ ਉਹਨਾਂ ਦਾ ਕੋਈ ਵੀ ਵਿੱਤੀ ਬੋਝ ਜਿਹੜਾ ਹੈ ਉਹ ਸੂਬੇ ਦੇ ਉੱਤੇ ਨਹੀਂ ਪਾਇਆ ਗਿਆ। ਔਰ ਜਿਹੜੀ ਤੁਸੀਂ ਗੱਲ ਬੱਚਿਆਂ ਨੂੰ ਮੋਬਾਈਲ ਫੋਨ ਦੇਣ ਦੀ ਕੀਤੀ ਹੈ ਔਰ ਉਸ ਦੇ ਵਿੱਚ ਜਿਹੜਾ ਫੈਸਲਾ ਲਿਆ ਹੈ ਉਹ ਇਸ ਲਈ ਕਿ ਕਿਉਂਕਿ ਜਿਹੜੇ 11ਵੀਂ ਤੋਂ 12ਵੀਂ ਦੇ ਬੱਚੇ ਜਿਨ੍ਹਾਂ ਨੂੰ ਇੱਕ ਅੱਜ ਕੱਲ੍ਹ ਜਿਹੜੀ IT ਕ੍ਰਾਂਤੀ ਚੱਲ ਰਹੀ ਹੈ, ਜਿਸ ਤਰੀਕੇ ਨਾਲ ਅੱਜ ਬੱਚਿਆਂ ਦੀ ਉਹ ਲੋੜ ਬਣੀ ਹੋਈ ਹੈ, ਉਸ ਤਰੀਕੇ ਉਹਨਾਂ ਨੂੰ ਇੱਕ ਐਜੂਕੇਸ਼ਨ ਵੇ ਨਾਲ ਫੈਸੀਲੇਟ ਕਰਨ ਵਾਸਤੇ ਉਹ ਫੈਸਲਾ ਲਿਆ ਗਿਆ ਸੀ ਔਰ ਉਸਨੂੰ ਜਿਹੜਾ ਪੂਰਾ ਕਰਨ ਦਾ ਜਿਹੜਾ ਯਤਨ ਆਰੰਭਿਆ। ਔਰ ਤੀਸਰੀ ਗੱਲ ਜਿਹੜੀ ਤੁਸੀਂ ਕੀਤੀ ਸੀ ਯਾਦ ਕਰਾਉਣਾ, ਤੀਸਰੀ ਤੁਸੀਂ ਇੱਕ ਹੋਰ
ਇਸ਼ੂ ਲਿਆ ਸੀ ਖਰਚੇ ਦਾ। ਸੋ ਕਹਿੰਦਾ ਇਹ ਭਾਵ ਹੈ ਕਿ ਇਹ ਜਿਹੜੇ ਖਰਚੇ ਨੇ ਜੇਲ੍ਹਾਂ ਵਾਲਾ ਜੇਲ੍ਹਾਂ CRPF ਦੇ, ਤੁਸੀਂ ਪਿਛਲੇ ਦਿਨਾਂ ਦੇ ਵਿੱਚ ਜਿਹੜੀਆਂ ਜੇਲ੍ਹਾਂ ਦੇ ਵਿੱਚੋਂ ਜਿਹੜੀਆਂ ਬੜੀਆਂ ਇਸ ਤਰ੍ਹਾਂ ਦੀਆਂ ਜੇਲ੍ਹ ਸਟਾਫ ਔਰ ਜਿਹੜੇ ਪੰਜਾਬ ਪੁਲਿਸ ਦੀ ਆਪਸ ਦੇ ਵਿੱਚ ਜਿਹੜੀ ਹੈ ਉਹ ਇੱਕ ਕੋਆਰਡੀਨੇਸ਼ਨ ਜਿਹੜੀ ਹੈ ਉਸ ਦੀ ਘਾਟ ਨਾਲ ਉੱਥੇ ਜਿਹੜੇ ਜੋ ਵਾਕਿਆ ਹੁੰਦੇ ਰਹੇ ਉਹ ਸਾਡੇ ਜਿਹੜੇ ਅਮਨ ਕਾਨੂੰਨ ਦੇ ਲਈ ਖਤਰਾ ਜਾਪਦੇ ਸਨ। ਔਰ ਦੇਖੋ ਜਿੱਥੇ ਅਰਥ ਵਿਵਸਥਾ ਦੀ ਗੱਲ ਹੁੰਦੀ ਆ ਉਸ ਤੋਂ ਵੀ ਅਮਨ ਕਾਨੂੰਨ ਜਿਹੜਾ ਉਸ ਤੋਂ ਵੀ ਪਹਿਲਾਂ ਹੁੰਦਾ ਹੈ। ਪਰ ਜਿਹੜਾ ਮੁੱਖ ਮੰਤਰੀ ਆਪਦਾ ਇੱਕ ਮਹਿਕਮੇ ਦੇ ਵਿੱਚ ਸੁਧਾਰ ਨਹੀਂ ਕਰ ਸਕਦਾ, ਉਹ ਪੂਰੇ ਸੂਬੇ ਦਾ ਜਿਹੜਾ ਅਤਿਆਚਾਰ ਹੈ ਜਾਂ ਜਿਹੜੀ ਹੋਰ ਸਮੱਸਿਆਵਾਂ ਆ ਉਹਦੇ ਤੋਂ ਕਿਵੇਂ ਉਹਨੂੰ ਬਾਹਰ ਲਿਆ ਸਕਦਾ ਹੈ? ਮੈਂ ਤਾਂ ਇਹ ਸਮਝ ਨਹੀਂ। ਦੇਖੋ ਗੱਲ ਇਹ ਹੈ ਕਿ ਹਾਲਾਤ ਜਿਹੜੇ ਨੇ ਉਹੀ ਇਨਸਾਨ ਨੂੰ ਬੁੱਧੀਮਾਨ ਜਿਹੜਾ ਦਾ ਪਤਾ ਲਵਾਉਂਦੇ ਨੇ ਕਿ ਇਹ ਬੁੱਧੀਮਾਨ ਹੈ, ਔਰ ਹਾਲਾਤ ਹੀ ਜਿਹੜਾ ਉਹ ਉਸ ਤੇ ਪ੍ਰਸ਼ਨ ਚਿੰਨ੍ਹ ਬਣਾ ਦਿੰਦੇ ਨੇ। ਅੱਜ ਜੇਕਰ ਇਹ ਗੱਲ ਆਪਾਂ ਇਹੀ ਤੁਹਾਡਾ ਸਵਾਲ ਆਪਾਂ ਇੰਪਲੀਮੈਂਟ ਕਰਨਾ ਹੋਵੇ ਮੁੱਖ ਮੰਤਰੀ 'ਤੇ ਤਾਂ ਬੁੱਧੀਮਾਨ ਹੈਗੇ ਆ ਜਾਂ ਕੀ ਹੈ? ਮੈਂ ਉਹੀ ਦੱਸਣ ਲੱਗਿਆ ਸੀ ਤੁਹਾਨੂੰ, ਤੁਸੀਂ ਮੇਰੀ ਗੱਲ ਕੰਪਲੀਟ ਹੋਣ ਦਿਓ। ਮੈਂ ਇਹੀ ਗੱਲ ਕਹਿ ਰਿਹਾ ਕਿ ਅੱਜ ਜੇਕਰ ਇਹ ਸਾਡੇ ਸੂਬੇ ਲਈ ਮਾਣ ਵਾਲੀ ਗੱਲ ਹੈ ਕਿ ਅੱਜ ਸੂਬੇ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੈ, ਜੋ ਅਜੇ ਵੀ ਅੱਜ ਵੀ ਮੈਂ ਸਮਝਦਾ ਕਿ ਉਸ ਦੀ ਬੁੱਧੀ ਦੇ ਮੁਕਾਬਲੇ, ਉਸ ਦਾ ਜਿਹੜਾ ਰਾਜ ਭਾਗ ਕਰਨ ਦੇ ਤਰੀਕੇ ਦੇ ਮੁਕਾਬਲੇ ਕੋਈ ਵੀ ਹੋਰ ਵਿਅਕਤੀ ਉਸ 'ਤੇ ਕਾਬਲ ਹੀ ਨਹੀਂ ਹੈ। ਮੇਡਮ ਸਾਹਿਬ, ਮੈਂ ਪੁੱਛ ਰਿਹਾ ਤੁਹਾਡੇ ਕੋਲੋਂ ਵੀ ਇਕੱਲਾ ਸੁਰੇਸ਼ ਕੁਮਾਰ ਹੀ ਤੁਹਾਡੇ ਕੋਲ ਇੱਕ ਇਮਾਨਦਾਰ ਅਫਸਰ ਹੈਗਾ, ਬਾਕੀ ਸਾਰੇ ਕਰਪਟ ਆ? ਨਹੀਂ, ਅਜਿਹੀ ਗੱਲ ਨਹੀਂ ਹੈ। ਗੱਲ ਇਹ ਹੈ ਕਿ ਕਿਸੇ ਦੀ ਕਾਰਜ ਕੁਸ਼ਲਤਾ ਦੇ ਉੱਤੇ, ਕਿਸੇ ਦੇ ਜਿਹੜੇ ਇੱਕ ਕਿਸੇ ਦੇ ਉੱਤੇ ਕੋਈ ਭ੍ਰਿਸ਼ਟਾਚਾਰ ਦਾ ਦੋਸ਼ ਨਾ ਹੋਵੇ, ਜਿਸ ਦਾ ਕੰਮ ਕਰਨ ਦਾ ਜਿਹੜਾ ਤਰੀਕਾ ਹੈ ਉਹ ਬਹੁਤ ਮਨਪਸੰਦ ਹੋਵੇ, ਇਹ ਮੁੱਖ ਮੰਤਰੀ ਉਸ ਦੇ ਨਾਲ ਜਿਹੜੇ ਹੈ ਸਹੂਲਤ ਮਹਿਸੂਸ ਕਰਦੇ ਨੇ। ਔਰ ਇਸ ਲਈ ਜਿਹੜਾ ਹੈ ਸੁਰੇਸ਼ ਕੁਮਾਰ ਜੀ ਦੀ ਜਿਹੜੀ ਟੋਟਲ ਸਰਵਿਸ ਰਹੀ ਹੈ ਉਹ ਆਊਟਸਟੈਂਡਿੰਗ ਰਹੀ ਹੈ। ਠੀਕ ਹੈ, ਪਰ ਡਾਕਟਰ ਸਾਹਿਬ ਚਲੋ ਖੈਰ ਇਹ ਗੱਲਾਂ ਜਿਹੜੀਆਂ ਹੈਗੀਆਂ ਅਧਿਕਾਰੀਆਂ ਦੀਆਂ ਗੱਲਾਂ ਆਪਣੀ ਥਾਂ 'ਤੇ ਹੈ, ਪਰ ਜਿਹੜੀ ਕੱਲ੍ਹ ਕੈਬਨਿਟ ਦੀ ਮੀਟਿੰਗ ਹੋਈ ਹੈ ਇਹਨਾਂ ਨੇ ਜਿਹੜੇ 4 ਨਵੇਂ ਸਲਾਹਕਾਰ ਵੀ ਨਿਯੁਕਤ ਕੀਤੇ ਸੀਗੇ, ਉਹਨਾਂ ਨੇ ਸਲਾਹ ਦਿੱਤੀ ਹੈ, ਸੁਰੇਸ਼ ਕੁਮਾਰ ਨੇ ਦਿੱਤੀ ਹੈ ਕਿ ਤੁਸੀਂ ਸ਼ਾਮਲਾਤ ਦੀਆਂ ਜ਼ਮੀਨਾਂ ਜਿਹੜੀਆਂ ਹੈਗੀਆਂ ਇਹ ਵੇਚੋ ਉਦਯੋਗਪਤੀਆਂ ਨੂੰ, ਇਹਦੇ ਨਾਲ ਪੰਜਾਬ ਦਾ ਅਰਥਚਾਰਾ ਠੀਕ ਹੋਵੇਗਾ। ਕਰ ਸਕਣਗੇ ਵੀ ਅਰਥਚਾਰਾ ਠੀਕ ਹੈ? ਇਹ ਠੀਕ ਗੱਲਾਂ ਜੀ, ਇੱਕ ਤਾਂ ਇਹ ਜਿਹੜੀ ਇੱਦਾਂ ਜ਼ਮੀਨ ਜਿਹੜੀ ਲੈਣੀ ਹੈ ਇਹ ਗ੍ਰਾਮ ਸਭਾ ਦੇ ਮਤਾਂ ਤੋਂ ਬਗੈਰ ਲਈ ਨਹੀਂ ਜਾ ਸਕਦੀ। ਨਿਆਮਗਿਰੀ ਦੀਆਂ ਪਹਾੜੀਆਂ ਦੇ ਵਿੱਚ ਮੈਦਾਨਤਾ ਵਾਲਿਆਂ ਨੂੰ ਆਪਣੇ ਲੱਕ ਤੁੱਕ ਚੱਕ ਕੇ ਜਾਣਾ ਪੈਣਾ ਪਿਆ ਸੀ, ਉਹ ਵੀ ਉੱਥੇ ਆਪਣੇ ਗਏ ਸੀ ਇਸੇ ਕੰਮ ਵਾਸਤੇ, ਇੰਡਸਟਰੀ ਵਾਸਤੇ। ਇੱਥੇ ਪਿੰਡ ਹੈ ਨਾਭੇ ਦੇ ਲਾਗੇ ਭਾਦਸੋਂ ਰੋਡ ਦੇ ਉੱਤੇ, ਉੱਥੇ ਗਊਸ਼ਾਲਾ ਵਾਸਤੇ ਜ਼ਮੀਨ ਵੀਡੀਓ ਨੇ ਇੰਨੀ ਹੋਕਾ ਜਿਹਾ ਦਵਾ ਕੇ ਮਤਾ ਪਾਸ ਕਰਾ ਲਿਆ ਸੀ। ਫਿਰ ਗ੍ਰਾਮ ਸਭਾ ਨੇ ਮਤ ਪਾਸ ਕੀਤਾ ਵੀ ਅਸੀਂ ਨਹੀਂ ਦੇਣੀ, ਅਤੇ DC ਨੇ ਜ਼ੋਰ ਲਾ ਲਿਆ, ਹਲਕਾ ਇੰਚਾਰਜ ਨੇ ਜ਼ੋਰ ਲਾ ਲਿਆ, ਅਤੇ ਉਹ ਮਤਾ ਉਹੀ ਰਿਹਾ, ਉਹਨਾਂ ਨੇ ਜ਼ਮੀਨ ਵੰਡੀ ਹੈ। ਹੁਣ ਇਹਦਾ ਕੀ ਅਸਰ ਹੋਏਗਾ? ਇਹ ਕੱਲੀ ਰਾਜਪੁਰੇ ਦੇ ਲਾਗੇ 1000 acres ਜ਼ਮੀਨ 5 ਪਿੰਡਾਂ ਦੀ 357 crore 'ਚ ਲੈ ਜਾਂਦਾ ਇਹਨਾਂ ਨੇ, ਫੈਸਲਾਗੜ੍ਹ ਜਿਹਨੂੰ ਲੈਂਡ ਪੂਲਿੰਗ ਕਹਿੰਦੇ ਨੇ। ਇਹ ਲੈਂਡ ਪੂਲਿੰਗ ਦਾ ਇੰਪੈਕਟ ਕੀ ਪਏਗਾ? ਜਿਵੇਂ ਤੁਸੀਂ ਕਿਤੇ ਦਾ ਰਸਤਾ ਬੰਦ ਕਰ ਦਿਓ, ਕਿਤੇ ਜਿਵੇਂ ਬਾੜਾਂ 'ਚੋਂ ਅੱਗੇ ਝਾਫੇ ਲੈ ਲੈਂਦੇ, ਆਲੇ ਦੁਆਲੇ ਵੱਟਾਂ ਤੋਂ ਘਾਹ ਖੋਚ ਲੈਂਦੇ, ਤੁਸੀਂ ਵੱਟੀ ਵੱਢ ਦਿਉ, ਫਿਰ ਘਾਹ ਖੋਤਣਾ ਤਾਂ ਗਿਆ ਨਾ, ਪਸ਼ੂ ਜਿਹੜਾ ਉੱਥੇ ਮਾੜਾ ਮੋਟਾ ਲੰਘਦਾ ਚੜਦਾ ਮੂੰਹ ਮਾਰਦਾ ਉਹ ਗਿਆ ਨਾ। ਹੁਣ ਜਦ ਤੁਸੀਂ ਜਿਹੜੀ ਜ਼ਮੀਨ ਪੰਚਾਇਤ ਕੋਲ ਹੈ ਉਹ ਫਿਰ 5 ਮਰਲੇ ਪਲਾਟ ਜਿਹੜੇ ਦਲਤਾਂ ਨੂੰ ਮਿਲਣੇ ਉਹ ਮਿਲ ਹੀ ਨਹੀਂ ਸਕਣਗੇ, ਜ਼ਮੀਨ ਤਾਂ ਖਤਮ ਹੋ ਗਈ। ਉੱਥੇ ਝਿੜੀ ਦੇ ਵਾਸਤੇ ਉਹਨਾਂ ਨੂੰ ਕਿਸੇ ਨੇ ਪ੍ਰਾਈਵੇਟ ਸ਼ਮਸ਼ਾਨ ਘਾਟ ਬਣਾਉਣਾ, ਕਿਉਂਕਿ ਫਿਰ ਇਹਨਾਂ ਨੇ ਉਹਦੀ ਗ੍ਰਾਂਟ ਦੇਣੀ ਹੈ ਵੀ ਹੁਣ, ਕਿਉਂਕਿ ਸ਼ਮਸ਼ਾਨ ਘਾਟ ਨੂੰ ਜ਼ਮੀਨ ਨਹੀਂ ਰਹੀ, ਕੋਈ ਸਕੂਲ ਵੱਡਾ ਕਰਨਾ, ਪ੍ਰਾਇਮਰੀ ਸਕੂਲ ਹੈ ਉੱਥੇ ਹਾਈ ਸਕੂਲ ਬਣਾਉਣਾ, ਉਹਦੇ ਵਾਸਤੇ ਕਹਿਣਗੇ ਹੁਣ ਜਗ੍ਹਾ ਨਹੀਂ ਹੈਗੀ, ਇਸ ਕਰਕੇ ਹੁਣ ਆਹ ਕਰੋ, ਪ੍ਰਾਈਵੇਟ ਨੂੰ ਦੇ ਦਿਉ, ਪ੍ਰਾਈਵੇਟ ਖਰੀਦ ਦੇ ਜ਼ਮੀਨ ਨੂੰ ਤਾਂ ਸਕੂਲ ਲਾ ਲਏ, ਫਿਰ ਹਸਪਤਾਲ ਬਣਾਉਣਾ, ਡਿਸਪੈਂਸਰੀ ਬਣਾਉਣੀ ਹੈ, ਆਂਗਣਵਾੜੀ ਸੈਂਟਰ ਬਣਾਉਣਾ, ਕੁਛ ਵੀ ਕਰਨਾ ਉਹ ਸਾਂਝੀ ਜ਼ਮੀਨ ਦੇ। ਅੱਛਾ, ਫਿਰ ਉਹ ਸਾਂਝੀ ਜ਼ਮੀਨ 'ਚੋਂ ਆਮਦਨ ਹੁੰਦੀ ਹੈ, ਉਹਦੇ ਵਿੱਚੋਂ 33% ਜ਼ਮੀਨ ਜਿਹੜੀ ਆ ਉਹ ਠੇਕੇ 'ਤੇ ਦਲਤਾਂ ਨੂੰ ਮਿਲਣੀ ਹੈ। ਆਹ ਜਾ ਕੇ ਦੇਖ ਲਓ, ਬਲਦ ਕਲਾਂ ਉਹ ਆਪਦੀ ਖੇਤੀ ਕੋਆਪਰੇਟਿਵ ਕਰਦੇ ਨੇ, ਉੱਥੇ ਥੋੜ੍ਹਾ ਕਲਾਂ ਉਹਨਾਂ ਦਾ ਗੁਜ਼ਰ ਬਸਰ ਹੋ ਗਿਆ। ਸੋ ਇਹ ਜਿਹੜੀਆਂ ਹੁੰਦੀਆਂ ਨੇ ਸ਼ਾਰਟ ਟਰਮ ਨੀਤੀਆਂ ਹੁੰਦੀਆਂ ਨੇ। ਮਿੱਡਾ ਜੀ ਨੇ ਕਿਹਾ, ਮੈਂ ਇਸ ਗੱਲ 'ਚ ਨਹੀਂ ਜਾਵਾਂਗਾ ਕਿ ਕਿਹੜਾ ਅਫਸਰ ਚੰਗਾ ਹੈ, ਮਾੜਾ ਹੈ, ਇਮਾਨਦਾਰ ਹੈ, ਬੇਈਮਾਨ ਹੈ, ਇਸ 'ਚ ਨਹੀਂ ਮੈਂ ਜਾਂਦਾ। ਮੈਂ ਇਹ ਕਹਿਣਾ ਕਿ ਜਦ ਅਫਸਰ ਸ਼ਾਹੀ ਦਾ ਆਪਦੀ ਇੱਕ ਭੂਮਿਕਾ ਹੈ ਅਤੇ ਸਿਆਸਤਦਾਨ ਦੀ ਆਪਦੀ ਇੱਕ ਭੂਮਿਕਾ। ਨਹੀਂ, ਜਿਹੜੀ ਇਹ ਤੁਸੀਂ ਗੱਲ ਕਰ ਰਹੇ ਹੋ ਜਿਹੜੀ ਜ਼ਮੀਨ ਪੰਚਾਇਤੀ ਜ਼ਮੀਨ ਆ, ਹਾਂਜੀ, ਜਦੋਂ ਸਰਕਾਰ ਇਹ ਪੰਚਾਇਤੀ ਜ਼ਮੀਨਾਂ ਹੀ ਵੇਚ ਦੇਗੀ ਤਾਂ ਜਿਹੜਾ ਪੰਜਾਬ ਦੇ ਜਿਹੜੀ ਪਲੈਨਿੰਗ ਹੈ, ਹਾਂਜੀ, ਜਿਹਦੇ ਤੁਸੀਂ ਗੱਲ ਕਰਦੇ ਹੋ ਸਕੂਲ ਬਣਨਾ ਨਵਾਂ, ਹਸਪਤਾਲ ਬਣਨਾ ਜਾਂ ਕੋਈ ਵੀ ਹੋਰ ਕੋਈ ਸਰਕਾਰੀ ਸਹੂਲਤ ਜਿਹੜੀ ਉੱਥੇ ਕੋਈ ਕੇਂਦਰ ਬਣਾਉਣਾ ਆ, ਹਾਂਜੀ, ਤਾਂ ਫਿਰ ਉਹਦਾ ਸੰਭਾਵਨਾ ਤਾਂ ਫਿਊਚਰ 'ਚ ਮਤਲਬ ਖਤਮ ਹੋ ਗਈ। ਨਹੀਂ, ਖਤਮ ਕਰਨ ਦਾ ਤਰੀਕਾ ਹੈ, ਬਿਊਰੋਕਰੇਸੀ ਸੁਜੈਸਟ ਨਹੀਂ ਦਿੰਦੀ ਆ। ਪਹਿਲਾਂ ਇੱਕ ਐਂ ਥੋੜ੍ਹਾ ਕਹਿਣਗੇ ਵੀ ਅੱਜ ਹੀ ਸਕੂਲ ਬੰਦ ਕਰ ਦਿਉ, ਪਹਿਲਾਂ ਇਹ ਕਹਿਣਗੇ ਦੇਖੋ ਜੀ ਜ਼ਮੀਨ ਵਾਧੂ ਪੈਂਦੇ ਲੜੋ, ਫਿਰ ਕਹਿੰਦੇ ਜੀ ਹੁਣ ਇਹ ਸਕੂਲ ਤਾਂ ਅਪਗ੍ਰੇਡ ਹੋ ਹੀ ਨਹੀਂ ਸਕਦਾ ਕਿਉਂਕਿ ਇੱਥੇ ਤਾਂ ਜਗ੍ਹਾ ਨਹੀਂ ਹੈਗੀ, ਫਿਰ ਕਹਿੰਦੇ ਪਰ ਬੱਚਿਆਂ ਨੂੰ ਤਾਂ ਪੜ੍ਹਾਉਣਾ ਹੈ, ਕਹਿੰਦੇ ਐਂ ਕਰੋ ਜੀ ਪ੍ਰਾਈਵੇਟ ਨੂੰ ਦੇ ਦਿਉ, ਇਹਨਾਂ ਨੂੰ ਦੇ ਦਿਓ, ਆਪੇ ਜ਼ਮੀਨ ਖਰੀਦ ਲੈਣਗੇ, ਠੀਕ ਹੈ। ਸੋ ਉਹ ਕਹਿੰਦੇ ਜੀ ਆਂਗਣਵਾੜੀ ਸਰ, ਕਹਿੰਦੇ ਪ੍ਰਾਈਵੇਟ ਨੂੰ ਦੇ ਦਿਉ।
ਇੱਥੇ ਵੈਟਨਰੀ ਸੈਂਟਰ ਬਣਾਉਣਾ ਪ੍ਰਾਈਵੇਟ ਨੂੰ ਦੇ ਦਿਓ, ਇੱਥੇ ਪ੍ਰਾਈਮਰੀ ਹੈਲਥ ਸੈਂਟਰ ਬਣਾਉਣਾ ਪ੍ਰਾਈਵੇਟ ਨੂੰ ਦੇ ਦਿਓ। ਸੋ ਫਿਰ ਇਹ ਪ੍ਰਾਈਵੇਟਾਂ ਨੂੰ ਦਿੱਤੀਆਂ ਜਾਣਗੀਆਂ। ਪ੍ਰਾਈਵੇਟਾਈਜੇਸ਼ਨ ਦਾ ਇਹ ਤਰੀਕਾ ਹੈ ਵੀ ਪਹਿਲਾਂ ਤੁਸੀਂ ਜਿਹੜੇ ਕਾਮਨ ਸਾਸੇ ਨੇ, ਸਾਂਝੇ ਸਾਸੇ, ਉਹਨਾਂ ਨੂੰ ਪਹਿਲਾਂ ਖਤਮ ਕਰ ਦਿਉ, ਕਿਸੇ ਨਾ ਕਿਸੇ ਤਰ੍ਹਾਂ ਆਪਦੇ ਕਬਜ਼ੇ 'ਚ ਲੜੋ, ਕਿਸੇ ਨੂੰ ਦੇ ਦਿਉ, ਕਿਸੇ ਨੂੰ ਪਟੇ 'ਚ ਦੇ ਦਿਉ, ਜੋ ਮਰਜ਼ੀ ਕਰ ਲਓ। ਉਦੋਂ ਬਾਅਦ ਫਿਰ ਕਿਉਂਕਿ ਇਹ ਕਹਿ ਕੇ ਕਿ ਸਾਡੇ ਕੋਲ ਸਮਾਨ ਨਹੀਂ ਹੈਗਾ, ਫਿਰ ਅਲਟੀਮੇਟਲੀ ਮੈਂ ਤਾਂ ਇਹ ਗੱਲ ਵੱਡੀ ਲੱਗਦੀ ਹੈ ਵੀ ਪਿੰਡਾਂ ਦੇ ਵਿੱਚ ਸ਼ਮਸ਼ਾਨ ਘਾਟ ਵੀ ਠੇਕੇ 'ਤੇ ਚੜ੍ਹਨੇ ਸ਼ੁਰੂ ਹੋਣਗੇ ਬੰਦੇ ਦੇ ਮਰਨ ਦੇ ਉੱਤੇ। ਇਹਦੇ ਇਹਦੇ 'ਚ ਇਕਬਾਲ ਸਿੰਘ ਜੀ ਇੱਕ ਗੱਲ ਹੋਰ ਵੀ ਆਉਂਦੀ, ਜੇ ਇਹਨਾਂ ਨੇ ਮਤਲਬ ਪੰਚਾਇਤੀ ਜ਼ਮੀਨਾਂ ਦੇਣੀਆਂ ਸੀ ਕਾਰਖਾਨੇਦਾਰਾਂ ਨੂੰ, ਤਾਂ ਉਹਦੇ 'ਚ ਕੋਈ ਕਮ ਸੇ ਕਮ ਨਵੀਂ ਕੋਈ ਕਾਰਖਾਨਿਆਂ ਸੰਬੰਧੀ ਕੋਈ ਨੀਤੀ ਲੈ ਕੇ ਆਉਂਦੇ ਕਿ ਪੇਂਡੂ ਕਾਰਖਾਨਾ ਨੀਤੀ ਅਸੀਂ ਲਾਗੂ ਕਰ ਰਹੇ ਹਾਂ ਜਿਹੜੀ ਵਿਸ਼ੇਸ਼ ਤੌਰ 'ਤੇ ਪਿੰਡਾਂ ਵਾਲੀ ਹੋਵੇਗੀ, ਫਿਰ ਵੀ ਮੰਨ ਲੈਂਦੇ। ਪਰ ਸਿੱਧਾ ਹੀ ਮਤਲਬ ਇਹ ਕਹਿੰਦੇ ਅਸੀਂ ਤਾਂ ਉਦਯੋਗਪਤੀਆਂ ਨੂੰ ਜਿਹੜੀ ਹੈ ਪੰਚਾਇਤੀ ਜ਼ਮੀਨ ਦੇ ਕੇ ਅਸੀਂ ਪੰਜਾਬ ਨੂੰ ਵਿਕਾਸ ਦੇ ਲਈ ਹੱਥ ਪਾਉਣਾ ਹੈ। ਦੇਖੋ ਮਦਨ ਜੀ, ਮੈਂ ਉਦਯੋਗ 'ਤੇ ਮੈਂ ਬਾਅਦ 'ਚ ਆਉਂਦਾ, ਮੈਂ ਪਿੰਡਾਂ ਨੂੰ ਬਿਲੋਂਗ ਕਰਦਾ, ਮੈਂ ਪਿੰਡਾਂ ਦਾ ਤੁਹਾਨੂੰ ਪਹਿਲਾਂ ਦੱਸਦਾ। ਜਿਹੜਾ ਪੰਚਾਇਤੀ ਜ਼ਮੀਨਾਂ 'ਤੇ ਨਾ ਹਮੇਸ਼ਾ ਪੋਲੀਟੀਸ਼ੀਅਨਾਂ ਦੀ ਕਿਉਂ ਅੱਖ ਰਹਿੰਦੀ, ਬਾਦਲ ਸਾਹਿਬ ਨੇ ਵੀ ਇਹ ਹਰਕਤ ਕੀਤੀ ਸੀ, ਉਦੋਂ ਸਟੇਹਾਂ ਲੱਗੀਆਂ, ਇਹ ਵੀ ਉਸ ਉੱਤੇ ਉਤਰੇ। ਹੁਣ ਦੇਖ ਲਓ ਮਿਊਨਸੀਪਲਟੀਆਂ ਨੂੰ, ਕਾਰਪੋਰੇਸ਼ਨ ਨੂੰ ਸਰਕਾਰਾਂ ਦਿੰਦੀਆਂ ਨਾ ਗ੍ਰਾਂਟਾਂ, ਪਿੰਡਾਂ ਨੂੰ ਕਿਹੜੀ ਗ੍ਰਾਂਟ? ਪਿੰਡਾਂ ਦੇ ਇਹ ਨਾ ਸਾਂਭਲਾਟਾਂ ਤੋਂ ਉਹਨਾਂ ਦੇ ਚੱਲਦਾ ਸਾਰਾ ਕੁਛ। ਜੇ ਤੁਸੀਂ ਉਹਨਾਂ ਦਾ ਆਹ ਵੀ ਰੁਜ਼ਗਾਰ ਖੋਲੂਗੇ ਤਾਂ ਮਤਲਬ ਰੁਜ਼ਗਾਰ ਦਾ ਸਾਧਨ ਪਿੰਡਾਂ ਦਾ, ਉਹਨਾਂ ਦਾ ਵਿਚਾਰਿਆਂ ਦਾ ਰਹਿਣਾ ਹੀ ਦੁੱਭਰ ਹੋ ਜੂਗਾ ਉੱਥੇ। ਤੁਸੀਂ ਇਹ ਇੱਕ ਉਹਨਾਂ ਦਾ ਪਿੰਡਾਂ ਦਾ ਇਹ ਨਹੀਂ ਹੈ, ਉਹਨਾਂ ਦਾ ਮਤਲਬ ਜਿਹੜਾ ਪਿੰਡ ਦੀ ਸਾਂਝੀ ਜੀ ਚੀਜ਼ ਹੈ ਉਹਨੂੰ ਮੇਨਟੇਨ ਕਰਨ ਵਾਸਤੇ ਵੀ ਇਹ ਸ਼ਾਮ ਲਾਟਾਂ ਤੋਂ ਹੀ ਇਨਕਮ ਹੁੰਦੀ ਹੈਗੀ। ਸਰਕਾਰਾਂ ਕੁਛ ਅਲੱਗ ਤੋਂ ਕੁਛ ਨਹੀਂ ਦਿੰਦੀਆਂ ਹੈਗੀਆਂ ਜਿਵੇਂ ਕਾਰਪੋਰੇਸ਼ਨਾਂ ਨੇ ਮਿਊਨਸੀਪਲਟੀਆਂ ਨੂੰ ਦਿੰਦੀਆਂ ਹੈਗੀਆਂ। ਪਹਿਲੀ ਗੱਲ ਤਾਂ ਇਹ, ਸ਼ਾਮ ਲਾਟਾਂ ਇਸੇ ਕਾਰਨ ਕਰਕੇ ਰੱਖੀਆਂ ਜੀ, ਫਿਰ ਜਿਵੇਂ ਪਿਆਰੇ ਲਾਲ ਜੀ ਨੇ ਕਿਹਾ ਕੋਈ ਕੁਛ ਵੀ ਮਤਲਬ ਖੋਲ੍ਹਣਾ ਸਕੂਲ ਬਣਾਉਣਾ, ਲੋਕਾਂ ਦੀ ਸਹੂਲਤ ਵਾਸਤੇ ਉਹ ਵੀ ਖੁੱਲ੍ਹ ਸਕਦਾ ਸੀ। ਹੁਣ ਆ ਜਾਓ ਉਦਯੋਗ 'ਤੇ। ਹੁਣ ਇੱਕ ਪਾਸੇ ਤਾਂ ਤੁਸੀਂ ਜੰਗ ਲਾਉਣ ਦੀਆਂ ਗੱਲਾਂ, ਖਾੜਕੂਵਾਦ ਦੀਆਂ ਗੱਲਾਂ, ਪੰਜਾਬ ਦੇ ਮਾਹੌਲ ਇੱਥੇ ਖਰਾਬ ਹੋ ਜੂਗਾ, ਇੱਕ ਤਾਂ ਇਹੋ ਜਿਹਾ ਮਾਹੌਲ ਤੁਸੀਂ ਦੱਸੀ ਜਾਂਦੇ ਇੰਡਸਟਰੀਲਿਸਟਾਂ ਨੂੰ, ਤੁਸੀਂ ਫਿਰ ਦੂਜੇ ਪਾਸੇ ਇੰਡਸਟਰੀ ਵਾਸਤੇ ਤੁਸੀਂ ਕਹਿੰਦੇ ਇੰਡਸਟਰੀ ਆਊ ਕਿਵੇਂ ਜਿੱਥੇ ਜਿਹੜੀ ਸਟੇਟ 'ਚ ਮਾਹੌਲ ਤੁਸੀਂ ਖਰਾਬ ਦੱਸੀ ਜਾਂਦੇ ਹੈਗੇ, ਪਾਕਿਸਤਾਨ ਆਈ ਐਸ ਆਈ ਦਾ ਨਾਂ। ਇਹ ਚੀਜ਼ਾਂ ਸੀਐਮ ਸਾਹਿਬ ਨੂੰ ਤਾਂ ਸਮਕਾ ਗੁਪਤ ਚੁਪ ਰੱਖਣੀਆਂ ਚਾਹੀਦੀਆਂ, ਸੈਂਟਰ ਨੂੰ ਦੱਸਿਆ ਜਾ ਕੋਈ ਅਜਿਹੀ ਗੱਲ ਹੈ, ਤੁਸੀਂ ਆਪੇ ਇੰਨਾ ਹਾਈਲਾਈਟ ਕਰ ਦੋਗੇ ਮੀਡੀਆ 'ਚ ਆ ਕੇ, ਐਂ ਹੋ ਜੂਗਾ ਜੀ ਪਾਕਿਸਤਾਨ ਐਂ ਕਰਨ ਲੱਗਿਆ, ਆਈ ਐਸ ਆਈ ਐਂ ਕਰਨ ਲੱਗੀ, ਇਹ ਮਾਹੌਲ ਖਰਾਬ ਹੋ ਜਾਣਾ ਹੁਣ ਜੀ ਪੰਜਾਬ ਦਾ, ਦੱਸੋ ਕਿਹੜਾ ਇੱਥੇ ਪੈਸਾ ਲਾਊਗਾ? ਉਦਯੋਗ ਜਿਹੜੇ ਬੰਦ ਹੋਏ ਉਹਨਾਂ ਨੂੰ ਚਲਾ ਲਓ, ਤੁਸੀਂ ਨਵੀਆਂ ਲੋਕਾਂ ਦੀਆਂ ਜ਼ਮੀਨਾਂ, ਇਹ ਸਿਰਫ ਪੋਲੀਟੀਸ਼ੀਅਨਾਂ ਨੇ ਅੱਖ ਰੱਖੀ ਵੀ ਹੈ ਵਿੱਚ ਹਿੱਸਾਪਤੀ ਉਹਨਾਂ ਨੂੰ ਮਿਲਣੀ ਹੈ, ਹੋਰ ਗੱਲ ਇਹਦੇ 'ਚ ਕੁਛ ਨਹੀਂ ਹੈਗੀ। ਉਦਯੋਗ ਕਿੰਨੇ ਬੰਦ ਹੋਏ ਵੇ ਉਹਨਾਂ ਦੇ, ਉਹ ਦੇ ਦਿਓ ਉਹਨਾਂ ਨੂੰ, ਉਹ ਵੀ ਤਾਂ ਲੀਜ਼ 'ਤੇ ਹੀ ਦਿੱਤੇ ਵੀ ਉਹਨਾਂ ਲੀਜ਼ ਖਤਮ ਕਰਕੇ ਉਹਨਾਂ ਨੂੰ ਦੇ ਦਿਓ, ਜਿਹੜਾ ਆਉਣਾ ਚਾਹੁੰਦਾ ਮਿਲਾ ਚੱਕੋ ਭਾਈ। ਪਹਿਲਾਂ ਥੋੜ੍ਹੇ ਉਦਯੋਗ ਸਾਡੇ ਲੈਂਡ ਬੈਂਕ, ਤਕੜਾ ਲੈਂਡ ਬੈਂਕ ਸਾਡੇ ਕੋਲ ਪਿਆ, ਪਹਿਲਾਂ ਗੋਬਿੰਦਗੜ੍ਹ ਮੰਡੀ ਜਿਹੜੀ ਆ ਪਹਿਲਾਂ ਬੰਦ ਪਈ ਆ, ਸਾਰਾ ਪਿਆ ਲੀਜ਼ ਹੈ ਉਹਨਾਂ ਦੀ, ਖਤਮ ਕਰਕੇ ਇਹਨਾਂ ਨੂੰ ਦੇ ਦਿਓ। ਪਰ ਨਹੀਂ, ਉਸ ਪਾਸੇ ਜਾਣਾ ਨਹੀਂ ਹੈਗਾ, ਇਹਨਾਂ ਦੀ ਕੋਈ ਨੀਤੀ ਤਾਂ ਹੈ ਨਹੀਂ। ਜਿਹੜਾ ਮਤਲਬ ਮੈਂ ਤੁਹਾਨੂੰ ਘਰ ਦਾ ਮਾਲਕ ਜਦੋਂ ਨਾ ਨਿਕੰਮਾ ਹੋ ਜੇ, ਪਹਿਲਾਂ ਜ਼ਮੀਨ ਜਾਇਦਾਦ ਵੇਚਦਾ, ਫਿਰ ਗਹਿਣੇ ਵੇਚਦਾ, ਫਿਰ ਭਾਂਡੇ ਤੱਕ ਵੇਚ ਦਿੰਦਾ। ਮਤਲਬ ਫਿਰ ਉਹ ਹਾਲਾਤ ਹੁਣ ਇਹਨਾਂ ਦੇ ਆਏ ਹੋਏ ਹੈ, ਇਹ ਭਾਂਡੇ ਵਿਕਣ ਤੱਕ ਪੰਜਾਬ ਦੇ ਆ ਗਏ, ਤੇ ਉਹ ਹਾਲਾਤ ਹੁਣ ਇਹ ਆਏ ਹੋਏ। ਹੁਣ ਲੋਕਾਂ ਦੇ ਪਿੰਡਾਂ ਦੀ ਜ਼ਮੀਨਾਂ, ਸ਼ਾਮਲਾਟ ਜ਼ਮੀਨਾਂ ਤੇ ਅੱਖ ਰੱਖ ਲਈ, ਸ਼ਰਮ ਦੀ ਗੱਲ ਤਾਂ ਇਹ। ਦੇਖੋ ਤੁਸੀਂ ਇਨਕਮ ਵਧਾ ਨਹੀਂ ਰਹੇ, ਤੁਸੀਂ ਜਿਹੜਾ ਮਾੜਾ ਮੋਟਾ ਪਿੰਡਾਂ ਨੂੰ ਸਾਹ ਆਉਣਾ ਉਹ ਵੀ ਬੰਦ ਕਰ ਦੋਗੇ ਤੁਸੀਂ ਤਾਂ, ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ। ਅਸੀਂ ਤਾਂ ਵਿਰੋਧ ਕਰਾਂਗੇ। ਮਿੱਡਾ ਸਾਹਿਬ ਬੜੀ ਮਹੱਤਵਪੂਰਨ ਗੱਲ ਕਹੀ ਇਹਨਾਂ ਨੇ, ਭਾਂਡੇ ਗਹਿਣੇ ਅਤੇ ਫਿਰ ਜ਼ਮੀਨ, ਮਤਲਬ ਨਲਾਇਕ ਜਿਹੜਾ ਘਰ ਦਾ ਜਿਹੜਾ ਮੁਖੀ ਹੁੰਦਾ ਹੈ, ਜਿਹਨੇ ਘਰ ਨੂੰ ਡੁੱਬਣਾ ਹੋਵੇ, ਉਹ ਇਸ ਨੀਤੀ 'ਤੇ ਚੱਲਦਾ ਆ, ਅਤੇ ਸਮਝਿਆ ਜਾਵੇ ਵੀ ਵਾਕਿਆ ਮਤਲਬ ਪੰਜਾਬ ਡੁੱਬ ਰਿਹਾ ਆ। ਦੇਖੋ ਜੋ ਗੱਲ ਇਹਨਾਂ ਨੇ ਕਹੀ ਹੈ, ਜੇਕਰ ਉਹਨੂੰ ਇੱਕ ਦੂਸ਼ਣਬਾਜ਼ੀ ਵਾਲੇ ਤਰੀਕੇ ਨਾਲ ਲੈਣਾ ਹੋਵੇ ਤਾਂ ਗੱਲ ਵੱਖਰੀ ਹੈ, ਪਰ ਉਸਦੀ ਜੇ ਅਸਲੀਅਤ 'ਚ ਜਾਣਾ ਹੋਵੇ ਤਾਂ ਇਹ ਗੱਲ ਕਈ ਗੱਲਾਂ ਦੇ ਜਿਹੜੀ ਹੈ ਸੱਚ ਦੇ ਨੇੜੇ ਇਸ ਕਰਕੇ ਜਾਪਦੀ ਹੈ ਕਿ ਕਿਉਂਕਿ ਅਸੀਂ ਵੇਖਿਆ ਕਿ ਜਦੋਂ ਸਰਕਾਰ ਸੰਭਾਲੀ ਤਾਂ ਪਤਾ ਲੱਗਿਆ ਕਿ 25 ਸਾਲ ਦਾ ਇੱਥੇ ਜਿੰਨਾ ਪਿਛਲੇ ਸਮੇਂ ਦੇ ਵਿੱਚ ਰਾਜ ਭਾਗ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਹੱਥੀਂ ਰਿਹਾ, ਔਰ ਉੱਥੇ ਅਸੀਂ ਮਹਿਸੂਸ ਕੀਤਾ ਕਿ ਉਹ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਹੱਥਾਂ ਦੇ ਨਾਲ ਪੰਜਾਬ ਦੇ ਜਿੰਨੇ ਵੀ ਵੱਡੇ ਵੱਡੇ ਜਿਹੜੇ ਅਦਾਰੇ ਸਨ ਉਹ ਵੇਚੇ ਆ, ਗਹਿਣੇ ਰੱਖੇ ਆ, ਪੰਜ ਬੈਂਕਾਂ ਕੋਲੇ 21 ਦਸਤਖਤ ਜਿਹੜੇ ਪ੍ਰਕਾਸ਼ ਸਿੰਘ ਬਾਦਲ ਦੇ ਦਸਤਖਤਾਂ ਨਾਲ ਗਹਿਣੇ ਪੈ ਗਏ। ਤੇ ਤੁਸੀਂ ਉਸੇ ਲੀਆਂ ਤੇ ਚੱਲ ਰਹੇ ਹੋ ਤੁਸੀਂ ਵੀ ਹੁਣ? ਨਹੀਂ ਨਹੀਂ, ਮੈਂ ਤੁਹਾਨੂੰ ਫਿਰ ਦੇਖੋ ਫਰਕ ਦੱਸਣ ਦੀ ਕੋਸ਼ਿਸ਼ ਕਰ ਰਿਹਾ ਮਦਨ ਜੀ। ਜਿਹੜੀ ਗੱਲ ਉਹ ਜਿਹੜਾ ਪੰਜਾਬ ਹੈ ਇੰਨੀ ਬੁਰੀ ਤਰ੍ਹਾਂ ਗਿਰਵੀ ਕੀਤਾ, ਔਰ ਉਹ ਉਸ ਨੂੰ ਆਪਾਂ ਇੱਕ ਨਲਾਇਕੀ ਹੀ ਕਹਾਂਗੇ, ਔਰ ਜਿਹੜੀ ਉਹ ਪਿਓ ਦੀ ਨਲਾਇਕੀ ਕੀਤੀ, ਜਿਵੇਂ ਪੁੱਤਾਂ ਨੂੰ ਭੁਗਤਣੀ ਪੈਂਦੀ ਹੈ
उस तरीके ही जोड़ा है 33,900 करोड़ रुपए की किश्त जी है बच्चों किसी गल आके मैं दसदा दूसरी हूँ गल जी है जदों भी कोई जो यह जी स्थिति होंगी है तो फिर जोड़ा है जोड़े मौजूदा हालात होंगे ने उन्होंने मुताबक हरेक बंदा आपदे वालों प्रजोर यतन करता हाथ पैर मारदा मैं ये कहाँगा और जोड़े वो हाथ पैर जोड़े आई मार रहे हाँ और जी इतें गल ए इस गलू एक बहुत जोड़ा एक आइडिया से इंडस्ट्री डिवेलप कर छोटे लघु उद्योग डिवेलप कर खेतीबाड़ी आधारित इंडस्ट्री डिवेलप कर एक प्लैन से और उस प्लैन के तहत जिमें आप गल कह दी कि उत्थे सारा कुछ ही बंद हो जाएगा बाकी इस तरह नहीं है कोई ये नहीं है कि 100% जी सारी की सारी जी है शामलाट की जमीन ले ले जाएगी ये आपसी समझौता होंगे और दूसरी गल ये हैगी है कि जिते भी इंडस्ट्री होवे उत्थे खुशहाली आनी थोड़ी लाजम होंदी है। छोटी जी ब्रेक लवेंगे क्योंकि बेटा साहब ब्रेक तो बाद गल करांगे जिहड़े पहला फोकल पॉइंट एक स्कीम तुहाडी सरकार लैके आई सी पंजाब दे अंदर बहुत पहला पहले पहलियां सरकारां दी गल हैगी कांग्रेस ही लैके आई सी पंजाब दे अंदर मंडी गोबिंदगढ़ तुहाडे सामने उहदी हालात की है उहनूं इंडस्ट्रियल एरिया इन्हां ने डिवेलप करना सी उहदी बुरी हालत आ बहुत सारे फोकल पॉइंट हो रहे गया तो रोपड़ के नेड़े कुराली के नेड़े पाया उजड़ा पाया होर भी मतलब जो पंजाब जो छोटे छोटे फोकल पॉइंट लाए से बड़ी बुरी तरह उन्होंने उजाड़ा होया होया है। पंजाब उद्योगों के नाल जोड़ना एक एक नवी जी है नवा एक सुपना जो लोगों जो दिखाया जा रहा है उन्होंने जमीन खो के उद्योगपतियों देना ये जोड़े पंजाब प्रदूषण पैदा होना है तुम एक तो उन्होंने विकास तो ला तलिया तो दूसरा पंजाब नू मतलब है कि पंजाब दे जाके पिंडां दे विच जाके हालांकि आ भी इंडस्ट्री दूर रखो पिंडां तो शहरां तो तुसी पिंडां दे विच जाके जिहड़ा हैगा इस तरह की इंडस्ट्री लाओगे जिहड़ा जिहड़े जिन्हें वातावरण जिहड़ा माड़ा मोटा बचा है वह भी तबाह करना आ इहदे च कई गुंझलां हैगियां जिहड़ियां हाले सरकार ने स्पष्ट नहीं कीतियां कोई खाका तैयार नहीं किया तो फटाफट कैबिनेट करके तो एक जिहड़ा हैगा ये शोशा उड़ाता कि असी 35 ਜ਼ਮੀਨਾਂ ਵੇਚ ਕੇ ਉੱਥੇ ਜਿਹੜੇ ਹੈਗੇ ਅਸੀਂ ਕਾਰਖਾਨੇ ਲਾਵਾਂਗੇ ਇਹ ਹਾਲੇ ਗੱਲਾਂ ਕਰਾਂਗੇ ਅਖੀਰਲਾ ਸੈਗਮੈਂਟ ਹੈ ਤੁਸੀਂ ਬਣੇ ਰਹੋ ਜਲਦੀ ਹੋਣੇ ਅਸੀਂ ਵਾਪਸ।